ਹੁਣ ਤੁਸਾਂ ਇਸ ਨੇ ਤੱਕਣੇ ਜੋ ਹਾਂ ਚਾਲੇ ਇਹਦੇ ਤੱਕ। ਅੱਛਾ ਜੀ, ਇਸ ਵਕਤ ਅਸਾਂ ਨੀ ਐਪਲ ਪਾਏ ਰੈਡੀ ਹੋ ਗਈ ਹੈ, ਤੁਸੀਂ ਤੱਕੀ ਸਕਦੇ ਹੋ ਮੇਰੇ ਬੱਚੇ ਇਸ ਨੇ ਉਹ ਇਤਨਾ ਬੜਾ ਮਾਮਾ ਪੀਸ ਪਾਈ ਕਹਿੰਦਾ। ਮਾੜਾ ਫੇਰ ਦਿਸ ਨਹੀਂ। ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ ਸਰ? ਸਾਰਿਆਂ ਨੂੰ ਉਮੀਦ ਕਰੀਆਂ ਸਭ ਠੀਕ ਠਾਕ ਹੋਸੋ। ਅਸਾਂ ਨੇ ਗਾਰਡਨ ਵਿੱਚ ਲੱਗਿਆ ਵੇ ਸੇਬਾਂ ਦਾ ਬੂਟਾ, ਤੇ ਇਸ ਦੇ ਨਾਲ ਸੇਬ ਲੱਗੇ ਨੇ ਸਾਈਂ ਸੁਣੀ ਨੇ ਉਹ ਵੀ ਉੱਪਰ ਚਬਾਰੇ ਪਰ ਬੂਟੇ ਆਏ ਆ ਸੀ ਬਈ ਉੱਚੀ ਜਗ੍ਹਾ ਲਾਸਾਂ ਦਾ ਹਰਿਆ ਬਈ ਖੋਣ ਨਹੀਂ ਲਗਾ ਕੋਈ, ਲੇਕਿਨ ਅਸਾਂ ਜਿਹੜਾ ਨਾ ਉੱਥੇ ਪਹੁੰਚੇ ਸਰ ਰਹਿਣੇ ਕੋਲ, ਤਾਂ ਅੱਜ ਮੈਂ ਬਣਾ ਸੇ ਐਪਲ ਪਾਏ, ਇਤਨੀ ਮਜ਼ੇ ਨਹੀਂ ਬਣਨੀ ਹੈ ਨਾ, ਤੁਸਾਂ ਜ਼ਰੂਰ ਵੀਡੀਓ ਪੂਰੀ ਤੱਕਣੀ ਹੈ ਔਰ ਤੱਕਣਾ ਕਿ ਕਿਹੜੇ ਤਰੀਕੇ ਨਾਲ ਮੈਂ ਐਪਲ ਪਾਏ ਬਣਾਉਣੀ ਆ। ਇੱਥੇ ਟੁਕੜੀ ਕੀ ਤੰਗੀ ਛੋੜਾਂ, ਕੋਈ ਜੁਗਾੜ ਸ਼ੁਗਾੜ ਲਾ ਕੇ ਪਹੁੰਚਾਂ ਉੱਥੇ, ਹਾਲਾਂਕਿ ਮੈਂ ਸੀੜੀ ਪਰ ਚੜੀ ਵੀ ਹਾਂ ਤਾਂ ਫਿਰ ਵੀ ਐਪਲ ਬਹੁਤ ਦੂਰ ਹਨ। ਇੱਧਰ ਅੱਛੋ ਜ਼ਰਾ ਤੁਸਾਂ ਨਾਲ ਕਾਲਾ ਕੰਮਾ ਕਰਾਂ, ਹੁਣ ਕਿਆ ਕਰਾਂ ਇਹ ਘਰ ਵਿੱਚ ਇਸਨੇ ਵਿੱਚ ਓ। ਅੱਛਾ ਜੀ, ਅਸਾਂ ਲਾਈ ਜਾਂਦੇ ਨੇ ਸੇਬ, ਟੁਕੜੀ ਥੱਲੇ ਰੱਖੀ ਹੈ ਤਾਂ ਪੂਰੀ ਝੁੰਡੀ ਹੈ ਟ੍ਰੀ, ਤੇ ਫਿਰ ਲਈ ਆਏ ਨੇ ਸਾਨੂੰ ਸੇਬ। ਇੱਧਰ ਤੱਕ ਨੇ ਜੋ ਜੀ ਇਤਨੇ ਫਰੈਸ਼ ਮਜ਼ੇ ਨੇ ਜੂਸੀ ਐਪਲ ਹਨ ਸਨ, ਤੇ ਹੁਣ ਅੱਜ ਕੇ ਜੁਲਨੇ ਹਾਂ ਤੇ ਆਪਣੇ ਕਿਚਨੇ 'ਚ ਔਰ ਬਣਾਉਣੇ ਆ ਐਪਲ ਪਾਏ। ਅੱਛਾ ਜੀ, ਹੁਣ ਅਸਾਂ ਕਿਚਨੇ 'ਚ ਆਈ ਗਏ ਹਾਂ ਤਾਂ ਕੁਕਿੰਗ ਸਟਾਰਟ ਕਰਨੇ ਆ ਆਪਣੇ ਲਈ ਐਪਲ ਪਾਏ ਨਹੀਂ, ਸਾਰੇ ਤੋਂ ਪਹਿਲੇ ਐਪਲ ਜਿਹੜੇ ਉਹਨਾਂ ਕੀ ਪੀਲ ਕਰੀ ਕਿਨਸਾਂ, ਤੇ ਫਿਰ ਮੈਂ ਤੁਹਾਨੂੰ ਕੀ ਮਿਲਦੀ ਹਾਂ ਥੋੜ੍ਹੀ ਦੇਰ ਤੋਂ ਬਾਅਦ। ਪੀਲ ਕਰੀ ਕਹਿੰਦਾ ਸੇਬਾਂ ਕੇ ਹੁਣ ਇਹਨਾਂ ਕੀ ਡਾਈਸ ਕਰੀ ਕਿਨਸਾਂ। ਬਸ ਕਰ ਛੋੜ, ਮੈਂ ਪਤਾ ਕਿਸ ਤਰ੍ਹਾਂ ਡਾਈਸ ਕਰੀ ਨਾ ਅੰਮਾ, ਤੁਹਾਡੀ ਕੀ ਜ਼ਿਆਦਾ ਤਾਂ ਨਹੀਂ ਪਤਾ, ਵਿਊਵਰਸ ਕੀ ਮਾੜੇ ਵਿਊਵਰਸ ਕੀ ਪਤਾ, ਕਲੈਵਰ ਵਿਊਵਰਸ ਹਨ ਉਹਨਾਂ ਕੀ ਪਤਾ ਡਾਈਸ ਕਿਸ ਤਰ੍ਹਾਂ ਕਰੀ ਨਾ। ਅੱਛਾ ਜੀ, ਐਪਲ ਅਸਾਂ ਡਾਈਸ ਕਰੀ ਕਿੰਦੇ ਤਾਂ ਉਹਨੇ ਨਾ ਕੀ ਟ੍ਰਾਂਸਫਰ ਕਰਸਾਂ ਹਾਂਡੀ ਵਿੱਚ ਇਸ ਤਰ੍ਹਾਂ, ਇਸ ਤਰ੍ਹਾਂ ਟ੍ਰਾਂਸਫਰ ਕਰੀ ਨੇ ਮੈਂ ਤੈਨੂੰ ਪਤਾ ਬੈਠ ਸੂ ਕੀ ਲਾਇਕ ਦਿਸ ਬਾਈਕ ਹੈ। ਉਸ ਤੋਂ ਬਾਅਦ ਬਸ ਆ ਨਿੰਬੂ, ਨਿੰਬੂ ਨਾਲ ਜੂਸ ਕੱਢ ਕੇ ਰੱਖਿਆ ਮੈਂ, ਅੱਧੇ ਨਿੰਬੂ ਨਾਲ ਕੱਢਿਆ ਤਕਰੀਬਨ 4 ਟੇਬਲ ਸਪੂਨ ਇਹ ਬਾਈ ਛੁੱਟਸਾਂ, ਔਰ ਉਸ ਤੋਂ ਬਾਅਦ ਇਸਨੇ ਵਿੱਚ ਬਸ ਆ ਨਮਕ ਹਾਫ ਟੀ ਸਪੂਨ ਨਮਕ ਬਾਈ ਛੁੜਿਆ, ਔਰ ਇਸਨੇ ਵਿੱਚ ਬਸ ਆ ਬਰਾਊਨ ਸ਼ੂਗਰ ਔਰ ਵਾਈਟ ਸ਼ੂਗਰ ਮਿਕਸ ਕਰਕੇ ਬਸ ਆ 2 ਚਮਚਾਂ ਮੈਂ ਬਾਈ ਛੁੱਟਸਾਂ ਬਰਾਊਨ ਸ਼ੂਗਰ ਨੀਆਂ, ਔਰ 2 ਚਮਚਾਂ ਹੀ ਮੈਂ ਬਸ ਆ ਵਾਈਟ ਸ਼ੂਗਰ ਨੀਆਂ, ਬਰਾਊਨ ਸ਼ੂਗਰ ਨਾਲ ਫਲੇਵਰ ਨਾਈਸ ਇੱਛਣਾ ਮੈਂ, ਅਗਰ ਬਹੁ ਬਾਈ ਛੁੜੋ ਤਾਂ ਫਿਰ ਬਹੁ ਬਰਾਊਨ ਹੋ ਜਾਣਾ, ਤੇ ਇਤਨੀ ਕੁ ਮੈਂ ਬਾਈ ਦੀ ਨਾ ਤਾਂ ਫਿਰ ਲੈ ਮੈਂ ਚੈੱਕ ਵੀ ਕਰੀ ਸਕਦੀ ਹਾਂ, ਅਗਰ ਚਾਹੀ ਨਹੀਂ ਹੋਈ ਤਾਂ ਫਿਰ ਹੋਰ ਮੈਂ ਬਾਈ ਕੀ। 1 ਕੱਪ ਆ ਛੋਟਾ ਪਾਣੀ, ਹੁਣ ਇਸ ਕਿਨੇ ਕੀ ਪੱਕਣੇ ਵਾਸਤੇ ਰੱਖਸਾਂ ਜਦ ਤੱਕ ਅਸਾਂ ਨੇ ਸੇਬ ਜਿਹੜੇ ਉਹ ਨਰਮ ਨਹੀਂ ਹੋ ਜਾਣੇ, ਲੋ ਗੈਸ ਪਰ ਪੱਕਣੇ ਵਾਸਤੇ ਰੱਖਸਾਂ, ਗੈਸ ਨਹੀਂ ਸੀ ਮੈਂ ਬਾਲਿਆ, ਗੈਸ ਉਸ ਲਈ ਬਾਲਣਾ ਵਾ ਇਸ ਲਈ ਸਾਰੀਆਂ ਚੀਜ਼ਾਂ ਵਿੱਚ ਬਾਈ ਰਵਾਂ, ਲੋ ਗੈਸ ਪਰ ਇਸੀ ਪੱਕਣੇ 'ਤੇ ਰੱਖਣੇ ਆ ਥੋੜ੍ਹੀ ਦੇਰੀ ਬਾਅਦ ਚੈੱਕ ਕਰਸਾਂ। ਅੱਛਾ ਜੀ, ਜਦ ਤੱਕ ਅਸਾਂ ਨੇ ਐਪਲ ਪਾਏ ਤਿਆਰ ਹੋਣੀ, ਅਸਾਂ ਉਸਨੀ ਜਿਹੜੀ ਸ਼ੀਟ ਹੈ ਉਹ ਤਿਆਰ ਕਰਨੇ ਪਿਆ, ਪਫ ਪੇਸਟਰੀਜ਼ ਇਹ ਵਾਲੀ ਸ਼ੀਟ ਮੈਂ ਯੂਜ਼ ਕਰਸਾਂ, ਔਰ ਇਹ ਮੇਰੀ ਜਾਣੀ ਹੈ ਟੈਸਕੋ ਚੋਂ, ਐਲਡੀ ਚੋਂ, ਲਿਡਲ ਚੋਂ, ਐਸਡਾ ਚੋਂ, ਜਿੱਥੋਂ ਮਰਜ਼ੀ ਲੋੜੋ ਲੱਗ ਜਾਣੀ ਹੈ, ਇਸੀ ਖੋਲ੍ਹ ਕੇ ਤੈਅ ਕਿਆ ਕਰਨੇ ਆ। ਅੱਛਾ, ਇਸ ਤਰ੍ਹਾਂ ਅਸਾਂ ਅਰੇਂਜ ਕਰੀ ਕਹਿੰਦੀ ਹੈ ਪੂਰੀ ਸ਼ੀਟ ਇਸ ਮਾਈ ਟ੍ਰੇਨ ਵਿੱਚ ਆਈ ਗਈ ਹੈ, ਇਸਨੇ ਕੀ ਰੱਖਸਾਂ ਓਵਨ ਵਿੱਚ ਤਕਰੀਬਨ 10 ਮਿੰਟਾਂ ਵਾਸਤੇ ਪ੍ਰੀ ਹੀਟਡ ਓਵਨ ਕਰੀ ਛੁੜਿਆ ਵਾ। ਅੱਛਾ ਜੀ, ਅਸਾਨੀ ਪਾਏ ਤਿਆਰ ਹੈ, ਮੈਂ ਤੱਕੀ ਹੈ ਬਿਲਕੁਲ ਨਰਮ ਮੁਲਾਇਮ ਹੋ ਗਈ ਹੈ, ਮੈਂ ਚੈੱਕ ਕੀਤਾ ਸੀ ਮਿੱਠਾ ਵੀ ਥੋੜ੍ਹਾ ਜਿਹਾ ਘੱਟ ਸੀ, ਫਿਰ ਮੈਂ 1 ਚਮਚ ਹੋਰ ਮਿੱਠਾ ਪਾਈ ਛੁੜਿਆ ਸੀ, ਤਾਂ ਤੁਸੀਂ ਆਪਣੇ ਟੇਸਟ ਮੁਤਾਬਕ ਪਾਈ ਸਕਦੇ ਹੋ, ਸਤਾ ਕਿ ਸਕਦੇ ਹੋ ਇਸਨੇ ਵਿੱਚ ਕਿੰਨਾ ਮਜ਼ੇ ਨਾਲ ਜੂਸ ਹੈ। ਹੁਣ ਇਸਨੇ ਕਿ ਇਸ ਤਰ੍ਹਾਂ ਕਰਸਾਂ ਕਿ ਪਾਣੀ ਕਿੰਦਾ ਵਾ ਇਸ ਪਿਆਲੀ ਵਿੱਚ 2 ਘੁੱਟ, ਇਸਨੇ ਵਿੱਚ ਪਾਸਾਂ 2 ਟੇਬਲ ਸਪੂਨ ਕੋਰਨਫਲਾਵਰ, ਅੱਛਾ ਇਸੇ ਮਿਕਸ ਕਰਸਾਂ, ਹੁਣ ਇਸਨੇ ਵਿੱਚ ਬਸ ਔਰ ਨਾਲ ਨਾਲ ਮਿਕਸ ਕਰੀ ਗੈਸ ਤੇਜ਼ ਕਰੀ ਛੋੜ ਸਾ,
इसने ना रहे हो सी के एक खूबसूरत जा क्रीमी जा टेक्सचर बन जा सी असन एप्पल पाए ना ऐत से तक सकने हूं तक ने जो इसने हूं तो सा इसने तकने जो हां चाले ये दे तक हूं इसने की गैस बंद कर सा चीजों सा साइड पर उस तो बाद किन साथ दूसरी पफ पेस्ट्री और इसने की खोली के मैं सभी दसनिया के इसने नाल करना कह रहा है इस तरह इसे ओपन करके इसने स्ट्रिप्स कट सा इस तरह रेडी ये वाली पेस्ट्री जी रखी सी ना ओवन ये भी तैयार है इसने की हाफ डन किया तकी सकने ताजे कच्ची ना रही जाए इसने विच बस हूँ अस अपना एप्पल पाए जी तैयार की है ओवन प्री हीट की है असा इसकी मैं चमचे नाल मेली के तेली के सारा बाइकिंग सा बिल्कुल भी ना छोड़नी इस तरह चारे पास इसी फैलाई छोड़ सा इस तरीके नाल हूँ एक एक चासा स्ट्रिप इस तरह इसने उपर लासा इस तरीके नाल इस तरह में सारियां लाइकिंग सा इधर सुन तक सकने हो जी आसानी एप्पल पाए बिल्कुल तैयार है असा इसकी पहले इस तरह लाइया पहले शीटा सा इस तरीके लाइया फिर इस तरीके लाइया क्रॉस बनी गया और खूबसूरत जहा डिजाइन भी बनी गया और रेडी होकर निकल सी दसों तक कितना मजे ना उसी 15 मिनट तो बाद असा चेक कर सा कि असानी एप्पल पाए ना क्या हाल चाल है। अच्छा जी असानी एप्पल पाए हो गई है रेडी बिस्मिल्लाह रहमान रहीम कड्डियां तकी सकने उसकी शक्ल कितनी खूबसूरत अकल हूँ बाइक चेक करके दसा थोड़ी जी ठंडी होने देने इसी बार कट के फिर कट करके फिर संगे दसने। अच्छा जी इस वक्त असानी एप्पल पाए रेडी हो गई है तकी सकने मिगी बच्चे हसने और इतना बड़ा मामा पीस बाइक आंदा और इस वास्ते आंदा कि मजे नहीं इतनी बनती है ना गोल्डन गोल्डन एप्पल पाए तकी के तो माड़े मुँह च पानी आई गया तो मैं क्या मैं वाल बड़ा पीस बाइक खड़ा उधर भाई ये हूँ मैं चेक करके तुम्हें दसनी हाँ आपे बनानी तो आपे चेक करनी हाँ बिस्मिल्लाह रहमान रहीम अच्छा जी रिव्यू है कि एप्पल पाए बहुत ही मजे नहीं बनती है शायद इस वास्ते के घर ने एप्पल सन इतने मजे ने इतने जूसी सन ना सही जल्द मैं कटनी सन पाई मतलब जूस मारी अंगलों चूसरा रहना सी पे लगे तो बहुत ज्यादा अच्छा जी इसकी तमें जुड़सा ना बाद तो कुल किन्नी इजाजत उम्मीद करनी आज ने वीडियो पसंद आई उसे अगर पसंद आई है तो लाइक करे और कमेंट करे और हमारे यूट्यूब चैनल की अगर हाले तक सब्सक्राइब नहीं किया तो सब्सक्राइब करी किने और मिलसा कुछ नेक्स्ट वीडियो उस वक्त तक इजाजत चाहनी अल्लाह हाफिज़।